ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਲਾਲ ਸਿੰਘ ਮਾਨ ਪੰਜਾਬੀ ਅਧਿਆਪਕ ਤੁਹਾਡਾ ਸਵਾਗਤ ਕਰਦਾ ਜੀ ਰਚੀਵਰ ਅਕੈਡਮੀ ਦੇ YouTube ਚੈਨਲ ਦੇ ਉੱਪਰ ਸਵਿਦਿਆਰਥੀ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ HPSC ਵੱਲੋਂ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ PGT ਦੀਆਂ ਵੈਕੈਂਸੀਜ਼ ਅਨਾਉਂਸ ਕੀਤੀਆਂ ਗਈਆਂ ਨੇ ਇਹਨਾਂ ਦੇ ਵਿੱਚ ਪੰਜਾਬੀ ਦੀਆਂ ਵੀ ਵੈਕੈਂਸੀਜ਼ ਨੇ ਭਾਵ ਪੰਜਾਬੀ ਦੀਆਂ ਰੈਸਟ ਆਫ ਹਰਿਆਣਾ ਕੈਡਰ ਦੇ ਵਿੱਚ 50 ਵੈਕੈਂਸੀ ਜਿਹੜੀਆਂ ਅਨਾਉਂਸ ਕੀਤੀਆਂ ਗਈਆਂ ਨੇ ਜਿਦੇ ਵਿੱਚੋਂ 26 ਜਿਹੜੀਆਂ ਨੇ ਉਪਨ ਵੈਕੈਂਸੀ ਨੇ ਜਰਨਲ ਨੇ ਇਸੇ ਤਰ੍ਹਾਂ ਦੱਸ ਤਨੇ ਹੋਰ ਅਲੱਗ-ਅਲੱਗ ਜਿਹੜਾ ਕਿ ਐਸੀਬੀਸੀ ਦੀ ਕੈਟਾਗਰੀ ਚ ਵੰਡੀਆਂ ਹੋਈ ਇਹ ਜਿਹੜੀ ਭਰਤੀ ਹੈਗੀ ਆ ਇਹਨੂੰ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਨੇ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਸਿਰੇ ਚੜਾਉਣਾ ਪਾਵ ਪਹਿਲੇ ਪੱਧਰ ਤੇ ਸਕਰੀਨਿੰਗ ਟੈਸਟ ਲਿਆ ਜਾਣਾ ਹੈਗਾ 100 ਨੰਬਰ ਦਾ 100 ਮਲਟੀਪਲ ਚੁਆਇਸ ਪ੍ਰਸ਼ਨ ਆਉਣੇ ਆ ਹਾਂ ਦੇਖੋ ਸਕਰੀਨ ਟੈਸਟ ਲਿਆ ਜਾਣਾ ਠੀਕ ਹੈ 100 ਪ੍ਰਸ਼ਨ ਆਉਣਾ ਹੈਗਾ ਪੰਜਾਬੀ ਦੇ ਪ੍ਰਸ਼ਨ ਆਉਣੇ ਆ 100 2 ਘੰਟੇ ਦਾ ਪੇਪਰ ਹੋਣਾ 100 ਅੰਕ ਹੋਣਗੇ ਇਹ ਬਿਲਕੁਲ ਜਿਹੜਾ ਕਹਿ ਲਈਏ ਕਿ 25% ਦੇ ਵਿੱਚ ਨੰਬਰ ਲੈਣੇ ਲਾਜ਼ਮੀ ਨੇ ਇਹਦੀ ਮੈਰਿਟ ਕਿਤੇ ਨਹੀਂ ਕਾਊਂਟ ਕੀਤੀ ਜਾਊਗੀ ਇਹ ਟੈਸਟ ਦੇ ਵਿੱਚੋਂ ਜਿਹੜੇ 25% ਨੰਬਰ ਲੈ ਲੈਣਗੇ ਵਿਦਿਆਰਥੀ ਫਿਰ ਉਹਨਾਂ ਨੂੰ ਦੂਸਰੇ 라ਉਂਡ ਦੇ ਲਈ ਬੁਲਾਇਆ ਜਾਊਗਾ ਸਬਜੈਕਟ ਨੌਲੇਜ ਟੈਸਟ ਦੇ ਲਈ ਬੁਲਾਇਆ ਜਾਊਗਾ ਇਹ ਪੇਪਰ 3 ਘੰਟੇ ਦਾ ਹੋਊਗਾ ਇਹ 150 ਅੰਕਾਂ ਦਾ ਹੋਊਗਾ ਸਿਲੇਬਸ ਇਹਦਾ ਵੀ ਉਹੀ ਰਹੂਗਾ ਜੋ ਪੇਪਰ ਏ ਭਾਵ ਸਕਰੀਨਿੰਗ ਟੈਸਟ ਦਾ ਹੋਊਗਾ ਪਰ ਫਰਕ ਕੀ ਹੈ ਕਿ ਜਿਹੜਾ ਸਕਰੀਨਿੰਗ ਟੈਸਟ ਹੈ ਉਹ ਆਬਜੈਕਟਿਵ ਫਾਰਮ ਚ ਹੋਊਗਾ ਬਟ ਜਿਹੜਾ ਇਹ ਪੇਪਰ ਹੈਗਾ ਜੀ ਇਹ ਆਬਜੈਕਟਿਵ ਦੀ ਬਜਾਏ ਸਬਜੈਕਟਿਵ ਪੇਪਰ ਹੋਊਗਾ ਇਹ ਪੇਪਰ ਜਿਹੜਾ ਹੈਗਾ ਇਹ ਸਬਜੈਕਟਿਵ ਪੇਪਰ ਹੈ ਭਾਵ ਕਿ ਜਿੱਦਾਂ ਤੁਸੀਂ ਬੀ ਐਮ ਏ ਦੇ ਵਿੱਚ ਉੱਤਰ ਲਿਖਦੇ ਹੋ ਨੇ ਇਦਾਂ ਲਿਖਣੇ ਪੈਣਗੇ ਉੱਤਰ ਤਰੀਬ 15 ਪ੍ਰਸ਼ਨ ਆਉਣਗੇ ਇਹਦੇ ਵਿੱਚ ਤੇ 10 ਨੰਬਰਾਂ ਦਾ ਪ੍ਰਸ਼ਨ ਮੰਨੀਏ ਤਾਂ 150 ਦੇ ਕਰੀਬ ਜਿਹੜਾ ਕਿ ਲਿਕ ਨੰਬਰ ਬਣ ਜਾਂਦੇ ਨੇ ਆ ਗਿਣਤੀ ਵਧ ਘਟ ਹੋ ਸਕਦੀ ਹੈ ਪਰ ਕੱਲੇ ਕੇ ਲਈ ਪ੍ਰਸ਼ਨ ਦਾ ਲੰਬੇ ਲੰਬੇ ਉੱਤਰਾਂ 'ਚ ਜਵਾਬ ਦੇਣਾ ਹੋਣਾ ਤਾਂ ਇਹ ਜਿਹੜਾ ਸਬਜੈਕਟਿਵ ਟੈਸਟ ਹੈਗਾ ਇਹਦੀ ਤਿਆਰੀ ਵੀ ਜਿਹੜੀ ਕੇ ਲਈ ਕਿ ਵੱਖਰੇ ਢੰਗ ਦੇ ਨਾਲ ਹੋਊਗੀ ਉਸ ਤਰ੍ਹਾਂ ਨਹੀਂ ਹੋਊਗੀ ਜਿੱਦਾਂ ਅਸੀਂ ਆਬਜੈਕਟਿਵ ਦੀ ਤਿਆਰੀ ਕਰਦੇ ਆ। ਤਾਂ ਜਦੋਂ ਅਸੀਂ ਤਿਆਰੀ ਕਰਾਂਗੇ ਪਹਿਲਾਂ ਅਸੀਂ ਪਹਿਲੇ ਫੇਜ਼ ਨੂੰ ਧਿਆਨ 'ਚ ਰੱਖਾਂਗੇ ਸਕ੍ਰੀਨਿੰਗ ਟੈਸਟ ਨੂੰ ਉਸ ਤੋਂ ਬਾਅਦ ਦੇ ਨਾਲ ਆਬਜੈਕਟਿਵ ਤਿਆਰੀ ਕਰਾਂਗੇ ਉਸ ਤੋਂ ਬਾਅਦ ਫਿਰ ਅਸੀਂ ਸਬਜੈਕਟ ਨੋਲਜ ਟੈਸਟ ਦੇ ਲਈ ਅਸੀਂ ਸਬਜੈਕਟਿਵ ਤਿਆਰੀ ਕਰਾਂਗੇ ਜਿਹਦੇ ਲਈ ਤੁਹਾਡੇ ਵੀਕਲੀ ਟੈਸਟ ਵੀ ਲਿਆ ਜਾਣਗੇ ਸਬਜੈਕਟਿਵ ਟੈਸਟ ਲਿਆ ਜਾਇਆ ਕਰਨਗੇ ਪੂਰੇ ਦੇ ਪੂਰੇ ਆ ਜਦੋਂ ਤੁਹਾਡਾ ਸਬਜੈਕਟ ਨੋਲੇਜ ਟੈਸਟ ਹੋ ਗਿਆ ਤਾਂ ਫਿਰ ਉਸ ਤੋਂ ਬਾਅਦ ਇਹਦੇ ਵਿੱਚੋਂ ਪੋਸਟਾਂ ਦੇ ਮੁਤਾਬਕ ਦੋ ਗੁਣਾ ਜਿਹੜੇ ਵਿਦਿਆਰਥੀ ਨੂੰ ਇੰਟਰਵਿਊ ਦੇ ਲਈ ਸੱਦੇ ਜਾਣਗੇ ਠੀਕ ਹੈ 12.5% ਇੰਟਰਵਿਊ ਦੀ ਵੇਟੇਜ ਆ ਤੇ ਸਬਜੈਕਟ ਨੋਲੇਜ ਟੈਸਟ ਔਰ ਇੰਟਰਵਿਊ ਦੇ ਨੰਬਰ ਮਿਲਾ ਕੇ ਟੋਟਲ ਮੈਰਿਟ ਬਣੂਗੀ ਉਥੇ ਜਿਹੜਾ ਪਹਿਲਾ ਫੇਜ਼ ਹੈਗਾ ਉਹਦੇ ਨੰਬਰ ਨਹੀਂ ਕਾਊਂਟ ਕੀਤੇ ਜਾਣਗੇ ਸਬਜੈਕਟਿਵ ਪੇਪਰ ਚੋਂ ਔਰ ਇੰਟਰਵਿਊ ਚ ਜਿਹੜਾ ਵਿਦਿਆਰਥੀ ਮੈਕਸਿਮਮ ਸਕੋਰ ਕਰੂਗਾ ਉਹੀ ਮੈਰਿਟ ਦੇ ਵਿੱਚ ਜਾਊਗਾ ਇਹ ਤਾਂ ਹੈਗੀਆਂ ਨੇ ਕਿ ਪੇਪਰ ਕਿਵੇਂ ਹੋਣਾ ਜੈਸੀ एलिजिबिलिटी ਦੀ ਗੱਲ ਕਰੀਏ ਅਕਸਰ ਪ੍ਰਸ਼ਨ ਕਰਦੇ ਹੁੰਦੇ ਵਿਦਿਆਰਥੀ ਤਾਂ एलिजिबिलिटी ਦਾ ਮਸਲਾ ਹੈਗਾ ਕਿ ਸਭ ਤੋਂ ਪਹਿਲਾਂ ਤਾਂ ਮੰਗ ਡਿਮਾਂਡ ਇਹੀ ਹੈ ਕਿ ਜੀ ਤੁਸੀਂ ਜਾਂ ਤਾਂ 10ਵੀਂ ਜਾਂ ਬੀਏ ਜਾਂ ਐਮਏ ਪੱਧਰ ਤੇ ਹਿੰਦੀ ਪੜ੍ਹੀ ਹੋਵੇ ਉਸ ਤੋਂ ਬਾਅਦ ਐਚ ਟੈਟ ਪੀਜੀਟੀ ਦਾ ਐਚ ਟੈਟ ਕੀਤਾ ਹੋਵੇ ਠੀਕ ਹੈ ਲੈਵਲ 3 ਦਾ ਲੈਵਲ 3 ਐਚ ਟੈਟ ਪਾਸ ਕੀਤਾ ਹੋਵੇ ਠੀਕ ਹੈ ਪੀਜੀਟੀ ਦਾ ਉਸ ਤੋਂ ਬਾਅਦ ਜਿਹੜਾ ਕਿ ਲਈ ਵੀ ਐਡ ਕੀਤੀ ਹੋਵੇ ਠੀਕ ਹੈ ਬੀਐਡ ਦੇ ਨਾਲ ਐਮਏ ਪੰਜਾਬੀ ਹੋਵੇ ਐਮਏ ਪੰਜਾਬੀ ਜਿਹੜੀ ਹੈਗੀ ਘੱਟੋ ਘੱਟ 50% ਨੰਬਰਾਂ ਦੇ ਨਾਲ ਹੋਵੇ ਔਰ ਬੀਐਡ ਹੋਵੇ ਬੀਐਡ ਜਿਹੜਾ ਹੈਗਾ ਉਹਦੇ ਵਿੱਚ ਟੀਚਿੰਗ ਸਬਜੈਕਟ ਪੰਜਾਬੀ ਹੋਣਾ ਲਾਜ਼ਮੀ ਹੈ ਭਾਵੇਂ ਇੱਥੇ ਮੈਂਸ਼ਨ ਨਹੀਂ ਕੀਤਾ ਗਿਆ ਪਰ ਫਿਰ ਵੀ ਉਹ ਡਿਮਾਂਡ ਕੀਤੀ ਜਾਂਦੀ ਹੈ ਤਾਂ ਇਹ ਹੈਗੀ ਹੈ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਉਮਰ ਦੀ ਗੱਲ ਕਰੀਏ ਤਾਂ ਜਿਹੜੇ ਜਨਰਲ ਕੈਟਾਗਰੀ ਦੇ ਵਿੱਚ ਆਉਂਦੇ ਨੇ ਜਾਂ ਪੰਜਾਬ ਤੋਂ ਬਾਹਰ ਜਿਹੜੇ ਸੋਰੀ ਹਰਿਆਣੇ ਤੋਂ ਬਾਹਰਲੇ ਵਿਦਿਆਰਥੀ ਨੇ ਜਿਹੜੀ ਵੀ ਸੂਬੇ ਦੇ ਉਹਨਾਂ ਦੀ ਜਿਹੜੀ ਉਮਰ ਹੱਦ ਹੈਗੀ ਹੈ ਜੀ ਉਹ 42 ਸਾਲ ਹੈਗੀ ਹੈ ਠੀਕ ਹੈ ਤੇ ਜਿਹੜੇ ਹਰਿਆਣੇ ਦੇ ਵਿਦਿਆਰਥੀ ਨੇ SC BC ਉਹਨਾਂ ਨੂੰ 5-5 ਸਾਲਾਂ ਦੀ ਛੋਟ ਹੈਗੀ ਆ ਈਵਨ ਕਿ EWES ਨੂੰ ਤਾਂ ਇਹ ਤਾਂ ਹੋ ਗਈ ਉਮਰ ਹੱਦ ਔਰ ਪੇਪਰ ਕਿਵੇਂ ਲਿਆ ਜਾਣਾ ਏ ਉਸ ਤੋਂ ਬਾਅਦ ਜਿਹੜਾ ਦੂਸਰਾ ਜਿਹੜਾ ਇੰਪੋਰਟੈਂਟ ਮਸਲਾ ਹੈਗਾ ਕਿ ਇਹਦਾ ਸਿਲੇਬਸ ਕੀ ਹੋਊਗਾ ਜਿਹਦੇ ਬਾਰੇ ਜ਼ਿਆਦਾ ਸੁਨੇਹੇ ਤੁਹਾਡੇ ਆਏ ਤਾਂ ਕੀ ਕੀਤਾ PGT ਪੰਜਾਬੀ ਦੇ ਪੇਪਰ ਦੇ ਲਈ HPSC ਨੇ ਇਹ UGC NET ਦਾ ਜਿਹੜਾ ਡਿੱਟੋ ਸਿਲੇਬਸ ਆ ਉਹੀ ਕਾਪੀ ਪੇਸਟ ਕਰ ਦਿੱਤਾ ਜਿੰਨਾ ਕੁਝ UGC NET ਦੇ ਵਿੱਚ ਪੜਿਆ ਪੜਾਇਆ ਜਾਂਦਾ ਉਹੀ ਸਿਲੇਬਸ ਸਾਨੂੰ ਇਸ ਪੇਪਰ ਦੇ ਲਈ ਪੜ੍ਹਨਾ ਪੈਣਾ ਸਿਲੇਬਸ ਕਾਫੀ ਵਾਈਡ ਸਿਲੇਬਸ ਹੈਗਾ ਠੀਕ ਹੈ ਤਾਂ ਅਸੀਂ ਭਾਵਾ ਕਿ ਪੇਪਰ ਕੱਲ ਔਖਾ ਆਵੇ ਔਖਾ ਆਵੇ ਪਰ ਸਾਨੂੰ ਸਾਰਾ ਸਿਲੇਬਸ ਪੜ੍ਹਨਾ ਪੈਣਾ ਉਸ ਹਸਾਬ ਦੇ ਤਿਆਰੀ ਕਰਨੀ ਪੈਣੀ ਹੈ ਦੂਸਰੀ ਗੱਲ ਇਸੇ ਸਿਲੇਬਸ ਦੀ ਸਾਨੂੰ ਦੋ ਤਰੀਕਿਆਂ ਨਾਲ ਤਿਆਰੀ ਕਰਨੀ ਪੈਣੀ ਆ ਸਬਜੈਕਟਿਵ ਤਿਆਰੀ ਵੀ ਕਰਨੀ ਪੈਣੀ ਆ ਔਰ ਆਬਜੈਕਟਿਵ ਵੀ ਕਰਨੀ ਪੈਣੀ ਪਹਿਲਾਂ ਅਸੀਂ ਆਬਜੈਕਟਿਵ ਤਿਆਰੀ ਕਰਾਂਗੇ ਕੱਲੇ-ਕੱਲੇ ਐਮਸੀਕਿਊ ਟਾਈਪ ਫਿਰ ਅਸੀਂ ਇਸੇ ਸਿਲੇਬਸ ਦੀ ਸਬਜੈਕਟਿਵ ਤਿਆਰੀ ਕਰਾਂ ਜੈਸੀ ਸਿਲੇਬਸ ਦੀ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਪਹਿਲਾ ਯੂਨਿਟ ਹੈਗਾ ਸਾਹਿਤ ਸਹਿਜ ਰੂਪ ਕੋ ਸਾਹਿਤ ਸ਼ਾਸਤਰ ਦਾ ਇਹਦੇ ਚ ਕਿਹੜੇ ਕਿਹੜੇ ਯੂਨਿਟ ਨੇ ਜੀ ਕਿ ਸਾਹਿਤ ਦਾ ਹੋਰ ਅਨੁਸ਼ਾਸਨਾਂ ਦੇ ਨਾਲ ਕੀ ਸਬੰਧ ਹੈ ਸਾਹਿਤ ਦਾ ਵਿਗਿਆਨ ਦੇ ਨਾਲ ਇਤਿਹਾਸ ਨਾਲ ਕੀ ਸਬੰਧ ਹੈ ਸਾਹਿਤ ਦੇ ਰੂਪ ਕਿਹੜੇ ਕਿਹੜੇ ਹੁੰਦੇ ਨੇ ਸ਼ਲੋਕ ਕਾਫੀ ਸੀ ਹਰਫੀ ਗਜ਼ਲ ਨਜ਼ਮ ਰਵਾਈ ਹੈਕੂ ਨਾਵਲ ਇਸੇ ਤਰ੍ਹਾਂ ਜਿਹੜਾ ਪਛਮੀ ਕਾਵ ਸ਼ਾਸਤਰ ਆ ਉਹਦੇ ਵਿੱਚ ਕੀ ਕੁਝ ਹੈ ਰਸਤੂ ਲਜੈਨਸ ਦੇ ਕਿਹੜੇ ਕਿਹੜੇ ਸਿਧਾਂਤ ਨੇ ਠੀਕ ਹੈ ਵਿਰੇਚਨ ਦੀ ਗੱਲ ਕਰਦਾ ਰਸਤੂ ਪਲੇਟੋ ਸocrates ਸਾਰੇ ਫਿਰ ਭਾਰਤੀ ਕਾਵ ਸ਼ਾਸਤਰ ਠੀਕ ਹੈ ਜਿਹਦੇ ਵਿੱਚ ਅਸੀਂ ਸੰਪਰਦਾਇ ਪੜ੍ਹਦੇ ਆ ਪੀਜੀਟੀ ਚ ਵੀ ਪੜ੍ਹਦੇ ਆ ਧੁਣੀ ਸੰਪਰਦਾਇ ਰਸ ਅਲੰਕਾਰ ਸੰਪਰਦਾਇ ਸਾਰੇ ਫਿਰ ਉਸ ਤੋਂ ਬਾਅਦ ਪੱਛਮੀ ਸਹਿਤ ਚਿੰਤਕ ਚਿੰਤਨਾ ਆ ਜਾਂਦਾ ਕਿਹੜੇ ਕਿਹੜੇ ਧਰਾਵਾ ਪੱਛਮੀ ਸਾਡੇ ਕੋਲੇ ਆਈਆਂ ਨੇ ਮਾਰਕਸਵਾਦ ਸਰੰਚਨਾਵਾਦ ਠੀਕ ਹੈ ਮਨੋਵਿਗਿਆਨ ਇਹਨਾਂ ਦਾ ਭਾਸ਼ਾ ਵਿਗਿਆਨ ਦੇ ਨਾਲ ਸੰਬੰਧ ਬਣਦਾ ਹੈਗਾ ਤੇ ਸਾਹਿਤ ਨਾਲ ਵੀ ਸੰਬੰਧ ਬਣਦਾ ਫਿਰ ਅਸੀਂ ਪੰਜਾਬੀ ਸਾਹਿਤ ਚਿੰਤਕਾਂ ਦੀ ਗੱਲ ਕਰੀਏ ਜਿਹੜੇ ਲੋਚਕ ਨੇ ਸੰਸੰਗ ਸਿੱਖ ਹੋ ਕਿਸ਼ਨ ਸਿੰਘ ਮਾਰਕਸਵਾਦੀ ਲੋਚਕ ਨੇ ਹਰਭਜਨ ਸਿੰਘ ਜਿਹੜੇ ਕਹਿੰਦੇ ਕਿ ਉਹ ਰੂਪਵਾਦੀ ਲੋਚਕ ਨੇ ਇਸੇ ਤਰ੍ਹਾਂ ਨਜ਼ਮ ਸਿੰਘ ਸੈਦ ਇਹਨਾਂ ਦੇ ਇਹ ਸਾਰੇ ਲੋਚਕਾਂ ਦੀ ਵਾਰੀ ਪੜਾਂਗੇ ਕਿ ਸੇਖੋਂ ਪਹਿਲੇ ਮਾਸਵਾਦੀ ਲੋਚ ਚੁਕੇ ਨੇ ਠੀਕਰ ਭਜਨ ਸਿੰਘ ਰੂਬਾਦੀ ਲੋਚਕ ਦਾ ਮੁੱਢ ਬੰਨਣ ਵਾਲੇ ਨੇ ਫਿਰ ਸਹਿਦ ਦਾ ਇਤਿਹਾਸ ਕਰੀ ਜਿਹੜਾ ਟੀਜੀਟੀ ਪੱਧਰ ਤੇ ਪੜਿਆ ਸੀ ਕਿ ਸਹਿਦ ਦਾ ਇਤਿਹਾਸ ਕਿਵੇਂ ਲਿਖਿਆ ਜਾਂਦਾ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਪੰਜਾਬੀ ਸਹਿਦ ਦੇ ਇਤਿਹਾਸ ਕਿਹੜੇ-ਕਿਹੜੇ ਬੰਦਿਆਂ ਨੇ ਲਿਖੇ ਆ ਉਹਨਾਂ ਨੇ ਵੰਡ ਕਿਵੇਂ ਕਰੀ ਆ ਬਾਬਾ ਬੁੱਧ ਸਿੰਘ ਦੀ ਵੰਡ ਕਿਵੇਂ ਆ ਗੈਨੀ ਹੀਰਾ ਸਿੰਘ ਸੌਰੀ ਗੋਪਾਲ ਸਿੰਘ ਦੀ ਵੰਡ ਕਿਵੇਂ ਡਾਕਟਰ ਗੋਪਾਲ ਸਿੰਘ ਦੀ ਔਰ ਬਨਾਰਸੀ ਦਾ ਜੈਨ ਦੀ ਵੰਡ ਕਿਵੇਂ ਆ ਸ਼ੇਰਵਰੀਆ ਕੋਵਦੀ ਵੰਡ ਕਿਵੇਂ ਆ? ਕਰਪਾਲ ਸਿੰਘ ਕਸੇਲ ਦੀ ਵੰਡ ਕਿਵੇਂ ਆ? ਕਿਹਨੇ ਵੰਡ ਜਿਹੜੀ ਧਰਾਵਾਂ ਦੇ ਆਧਾਰ ਤੇ ਕੀਤੀ ਆ? ਕਿਹਨੇ ਧਰਮ ਦੇ ਆਧਾਰ ਤੇ ਕੀਤੀ ਆ? ਕਿਹਨੇ ਸਹਿਤ ਰੂਪਾਂ ਦੇ ਆਧਾਰ ਤੇ ਕੀਤੀ ਆ? ਸਾਰੀ ਮੁਕੰਮਲ ਜਾਣਕਾਰੀ ਇਹਦੇ ਵਿੱਚ ਹੋਵੇ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਜਿਹੜਾ ਕਹਿ ਲਈ ਕਿ ਜਿਆ ਔਖਾ ਟੌਪਿਕ ਮੰਨ ਲਈਏ ਥੋੜਾ ਮਿਹਨਤ ਵਾਲਾ ਟੌਪਿਕ ਉਹ ਹੈਗਾ ਕਿ ਜਿੰਨੀਆਂ ਵੀ ਪੰਜਾਬੀ ਸਹਿਤ ਇਤਿਹਾਸ ਲਿਖੇ ਗਏ ਨੇ ਨਾ ਪੰਜਾਬੀ ਸਹਿਤ ਇਤਿਹਾਸ ਉਹਨਾਂ ਦਾ ਮੈਟਾ ਡੇਟਾ ਕਰਨਾ ਕਿ ਕਿਹੜੇ ਸਹਿਤ ਇਤਿਹਾਸਕਾਰ ਨੇ ਆਪਣੇ ਸਹਿਤ ਇਤਿਹਾਸ ਵਿੱਚ ਕੀ ਕੁਝ ਲਿਖਿਆ ਹੈਗਾ ਕਿਉਂਕਿ ਜੁਡੀਸੀ ਨੈਟ ਪੰਜਾਬੀ ਸੂਫੀ ਕਾਬਤਾਰ ਹੈ ਤੇ ਗੁਰਮਤ ਕਾਬਤਾਰ ਸੂਫੀ ਕਾਬ ਕਿਵੇਂ ਸ਼ੁਰੂ ਹੁੰਦਾ ਜੀ ਇਸਲਾਮ ਦਾ ਸੂਫੀ ਕਾਬ ਦੇ ਨਾਲ ਕਿਸ ਬੰਦ ਦਾ ਇਸਲਾਮ ਦੇ ਵਿੱਚ ਸੂਫੀ ਕਾਬ ਕਿਵੇਂ ਪੈਦਾ ਹੁੰਦਾ ਸੂਫੀ ਸੰਪਰਦਾਏ ਕਿਹੜੇ-ਕਿਹੜੇ ਨੇ ਔਰ ਬਾਬਾ ਫਰੀਦ ਸ਼ਾਹਸੇਨ ਬੁੱਲੇ ਸ਼ਾ ਸੁਲਤਾਨ ਬਾਹੂ ਇਹਨਾਂ ਦੀ ਕਾਪਤਰ ਦੇ ਵਿੱਚ ਕੀ ਹੈ ਬਾਬਾ ਫਰੀਦ ਸੂਫੀ ਕਾਬ ਦੇ ਮੋਢੀ ਨੇ ਵਜੀਦ ਸਿੱਧੇ ਰੱਬ ਨੂੰ ਮੰਗਾਰਦੇ ਆ ਸੁਲਤਾਨ ਬਾਹੂ ਸੀ ਹਰਫੀ ਦੇ ਮੋਢੀ ਨੇ ਸ਼ਾਹਸੇਨ ਕਾਫੀ ਦੇ ਮੋਢੀ ਨੇ ਉਸ ਤੋਂ ਬਾਅਦ ਫਿਰ ਪੰਜਾਬੀ ਸੂਫੀ ਕਵੀ ਜਿਹੜੇ ਹੁਣੇ ਸਾਰੇ ਸੂਫੀ ਕਾਵ ਪੂਰੇ ਦਾ ਪੂਰਾ ਇਹਨਾਂ ਸੰਬੰਧੀ ਜਿਹੜੀਆਂ ਕਿਤਾਬਾਂ ਲਿਖੀਆਂ ਗਈਆਂ ਜਿੰਨਿਆਂ ਨੇ ਵੀ ਲਿਖੀਆਂ ਲਾਜਵੰਤ ਧਰਾਮਾ ਕ੍ਰਿਸ਼ਨ ਨੇ ਲਿਖੀਆਂ ਅਰਜੰਦਰ ਢਿੱਲੋਂ ਨੇ ਲਿਖੀਆਂ ਗਲਵੰਤ ਸਿੰਘ ਨੇ ਗੁਰਦੇਵ ਸਿੰਘ ਨੇ ਠੀਕ ਹੈ ਹਰਜਿੰਦਰ ਸਿੰਘ ਢਿੱਲੋਂ ਨੇ ਲਿਖੀਆਂ ਜਿੰਨੇ ਵੀ ਬੰਦੇ ਨੇ ਉਹਨਾਂ ਦੀਆਂ ਜਿੱਡੀਆਂ ਕਿਤਾਬਾਂ ਨੇ ਸਾਨੂੰ ਉਹ ਪੜ੍ਹਣੀਆਂ ਤੇ ਉਹਨਾਂ ਦਾ ਮੈਟਾ ਕ੍ਰਿਟਿਸਿਜ਼ਮ ਕਰਨਾ ਪੈਣਾ ਕਿ ਕਿਹੜਾ ਸਹਿਤ ਆਲੋਚਕ ਸੂਫੀ ਕਾਵ ਦੇ ਬਾਰੇ ਕੀ ਕਹਿੰਦਾ ਠੀਕ ਹੈ ਤੇ ਕਾਫੀ ਮਿਹਨਤ ਵਾਲਾ ਕੰਮ ਹੈ ਪਰ ਘਬਰਾਓ ਨਾ ਸਾਰੀ ਬਿੰਦ ਮੈਂ ਕਰਨੀ ਤੁਹਾਡੇ ਲਈ ਉਸ ਤੋਂ ਬਾ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਿਵੇਂ ਹੁੰਦਾ ਜੀ ਉਹਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਨੇ ਰਾਗਾਂ ਦੇ ਮੁਤਾਬਕ ਤਰਤੀਬ ਦਿੱਤੀ ਆ ਰਾਗ ਮੁਕਤ ਬਾਣੀਆਂ ਅੱਗੇ ਲਾਈਆਂ ਕੁਝ ਰਾਗ ਮੁਕਤ ਬਾਣੀਆਂ ਪਿੱਛੇ ਲਾਈਆਂ ਠੀਕ ਹੈ ਫਿਰ ਆਗਾਂ ਦੀ ਤਰਤੀਬ ਜਿਹੜੀ ਹੈਗੀ ਆ ਉਹ ਸ੍ਰੀ ਰਾਗ ਮਾਜ ਇਸ ਤਰ੍ਹਾਂ ਉਹ ਸਾਰਾ ਜਿਹੜਾ ਸੰਪਾਦਨ ਦਾ ਇਤਿਹਾਸ ਹੈ ਕਿ ਤਰਤੀਬ ਕਿਵੇਂ ਬੰਨਿਆ ਕਿਹੜੀ ਬਾਣੀ ਕਿੰਨੇ ਰਾਗਾਂ ਚਾ ਸਾਰਾ ਜ਼ਿਕਰ ਜਿਹੜਾ ਹੈਗਾ ਇਹਦੇ ਚਾਉਂਦੇ ਇਹਦੇ ਨਾਲ ਹੀ ਗੁਰੂਆਂ ਦੇ ਬਾਰੇ ਉਹਨਾਂ ਦੀ ਕਿਹੜੀ ਬਾਣੀ ਹੈ ਕਿਹੜੀ ਉਹਨਾਂ ਦੀ ਬਾਣੀ ਦੇ ਵਿਸ਼ੇ ਕਿਹੜੇ ਨੇ ਉਹਨਾਂ ਦੀ ਬਾਣੀ ਦੇ ਵਿੱਚ ਜਿਹੜਾ ਕਿਹਾ ਲੀਏ ਕਿ ਰਾਗ ਕਿੰਨੇ ਹੈਗੇ ਨੇ ਉਹ ਸਾਰਾ ਕੁਝ ਫਿਰ ਇਸੇ ਤਰ੍ਹਾਂ ਭਗਤ ਕਵੀ ਕਬੀਰ ਨਾਮ ਦੇ ਬਿਰਦਾਸ ਉਹਨਾਂ ਦੀ ਕਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ ਕਿਹੜੀ ਬਾਣੀ ਬਾਹਰ ਮੰਨੀ ਜਾਂਦੀ ਹੈ ਕਿੰਨੇ ਰਾਗਾਂ ਚ ਬਾਣੀ ਹੈ ਕਿਹੜਾ ਸਭ ਤੋਂ ਪਹਿਲਾ ਭਗਤ ਪੈਦਾ ਹੋਇਆ ਭਾਈ ਗੁਰਦਾਸ ਦੀਆਂ 12 ਨੂੰ ਪੜ੍ਹਦੇ ਆ ਕਿ ਜੀ ਉਹ ਗੁਰਬਾਣੀ ਦੀ ਕੁੰਜੀ ਮੰਨੀ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਰਟ ਨਹੀਂ ਹੈਗੀਆਂ ਠੀਕ ਹੈ ਭਾਈ ਗੁਰਦਾਸ ਦੀਆਂ 12 ਦੇ ਆਧਾਰ ਤੇ ਜਿਹੜਾ ਕਿ ਭਾਈ ਮਣੀ ਸਿੰਘ ਨੇ ਜਿਹੜਾ ਹੈਗਾ ਉਹ ਜਨਮ ਸਾਖੀ ਲਿਖੀ ਭਾਈ ਮਣੀ ਸਿੰਘ ਵਾਲੀ ਜਨਮ ਸਾਖੀ ਵੀ ਆਂਦੇ ਨੂੰ ਗਿਆਨ ਰਤਨਾਵਲੀ ਵੀ ਕਹਿ ਦਿੰਦੇ ਆ ਫਿਰ ਉਸ ਤੋਂ ਬਾਅਦ ਆਉਂਦਾ ਗੁਰਮਤਕਾ ਉਸਵੰਦੀ ਜਿੰਨੀਆਂ ਵੀ ਕ੍ਰਿਟੀਸਿਜ਼ਮ ਹੋਇਆ ਜਿੰਨੀ ਲੋਚਨਾ ਹੋਈ ਹੈਗੀ ਆ ਤਾਰਨ ਸਿੰਘ ਸਹਿਬ ਸਿੰਘ ਠੀਕਰ ਰਤਨ ਸਿੰਘ ਜੱਗੀ ਹੋਰ ਕਿਨੇ ਕਮਾਮ ਬੰਦੇ ਆ ਠੀਕ ਆ ਉਹਨਾਂ ਸਾਰਿਆਂ ਦੀ ਜਿਹੜੀ ਲੋਚਨਾ ਹੈਗੀ ਗੁਰਮਤਕਾ ਦੀ ਡਾਕਟਰ ਜਗੀਰ ਸਿੰਘ ਜਿਵੇਂ ਕਿ ਉਹ ਗੁਰਮਤਕਾ ਦੇ ਬਾਰੇ ਕੀ ਕਹਿੰਦੇ ਆ ਗੁਰੂਆਂ ਦੇ ਬਾਰੇ ਔਰ ਜਾਂ ਕਹਿ ਲਈਏ ਕਿ ਗੁਰਮਤਕਾ ਦੇ ਵਿਸ਼ਿਆਂ ਦੇ ਬਾਰੇ ਠੀਕ ਆ ਪੂਰੀ ਗੁਰਬਾਣੀ ਦੇ ਬਾਰੇ ਉਹਨਾਂ ਦੀ ਕੀ ਟਿੱਪਣੀਆਂ ਨੇ ਉਹ ਸਾਰਾ ਅਸੀਂ ਇਹਦੇ ਵਿੱਚ ਪੜ੍ਹਨਾ ਹੈਗਾ ਅਗਲਾ ਇਹ ਸਜੜਾਏਗਾ ਪੰਜਾਬੀ ਕਿੱਸਾ ਕਾਵ ਤੇ ਵੀਰ ਕਾਵ ਦਾ ਜੀ ਤੁਹਾਨੂੰ ਵੀ ਕਿੱਸਾ ਕਾ ਕਿਵੇਂ ਸ਼ੁਰੂ ਹੁੰਦਾ ਦਾ ਆਰੰਭ ਕਿਵੇਂ ਹੁੰਦਾ ਠੀਕ ਹੈ ਕੀ ਪੰਜਾਬੀ ਦਾ ਪਹਿਲਾ ਕਿੱਸਾ ਕਾ ਜਿਹੜਾ ਉਹ ਪੁਸ਼ ਹੈ ਜਦ ਦਮੋਦਰ ਹੈ ਕੀ ਮੋਹਨ ਸਿੰਘ دیਵਾਨਾ ਪੁਸ਼ਿਆ ਨੂੰ ਕਿਉਂ ਮੰਨਦਾ ਜੀ ਠੀਕ ਹੈ ਫਿਰ ਇਸੇ ਤਰ੍ਹਾਂ ਦਮੋਦਰ ਨੇ ਕਿਹੜਾ ਕਿੱਸਾ ਲਿਖਿਆ ਕਿਹੜੇ ਛੰਦ ਚ ਲਿਖਿਆ ਪਹਿਲਾਂ ਕੋਰਸਨ ਚ ਜ਼ਿਕਰ ਕੀਤਾ ਫਿਰ ਵੀਰ ਤੇ ਜੰਗਨਾਮ ਵੀਰ ਕਾਬ ਚ ਵਾਰਤ ਜੰਗਨਾਮ ਆ ਜਾਂਦੇ ਨੇ ਠੀਕ ਹੈ ਵਾਰ ਦੇ ਵਿੱਚ ਨਾਇਕ ਦੀ ਉਪਤਤ ਕੀਤੀ ਜਾਂਦੀ ਹੈ ਨਾਇਕ ਵਾਰ ਦਾ ਕਦੇ ਹਾਰਦਾ ਨਹੀਂ ਹੈ ਜੰਗਨਾਮ ਇਹਦਾ ਨਾਇਕ ਜਿਹੜਾ ਉਹ ਹਾਰ ਵੀ ਸਕਦਾ ਹੁੰਦਾ ਇਹ ਕਿ ਪੰਜਾਬੀ ਦੇ ਵਿੱਚ ਵੀਰ ਕਾਵਿ ਕਿਵੇਂ ਸ਼ੁਰੂ ਹੁੰਦਾ ਪੰਜਾਬੀ ਦੀ ਪਹਿਲੀ ਵੀਰ ਰਸੀ ਵਾਰ ਕਿਹਨੂੰ ਕਹਿੰਦੇ ਚੰਡੀ ਦੀ ਵਾਰ ਨੂੰ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਲਿਖੀ ਹੋਈ ਇਹੇ ਇਸੇ ਤਰ੍ਹਾਂ ਫਿਰ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਸ਼ਾਹ ਮੁਹੰਮਦ ਦਾ ਨਜਾਬਤ ਦੀ ਵਾਰ ਪੀਰ ਮੁਹੰਮਦ ਦੀ ਵਾਰ ਫਿਰ ਉਸ ਤੋਂ ਬਾਅਦ ਪੂਰੇ ਵੀਰ ਕਾਵ ਦੇ ਸੰਬੰਧੀ ਜਿਹੜੀ ਲੋਚਨਾ ਹੋਈ ਹੈ ਜੋ ਕਿਤਾਬਾਂ ਲਿਖੀਆਂ ਗਈਆਂ ਨੇ ਲੋਚਨਾ ਵਾਲੀਆਂ ਖੋਜ ਵਾਲੀਆਂ ਉਹਨਾਂ ਦਾ ਦੇ ਫਿਰ ਆ ਗਿਆ ਜੀ ਵਾਰਤਕ ਇਹਦੇ ਵਿੱਚ ਮੋٹے ਤੌਰ ਤੇ ਦੋ ਹਿੱਸੇ ਨੇ ਮੱਧਕਾਲੀ ਵਾਰਤਕ ਔਰ ਆ ਅਧਨਿਕ ਵਾਰਤਕ ਮੱਧਕਾਲੀ ਵਾਰਤਕ ਦੇ ਵਿੱਚ ਪਹਿਲਾਂ ਵਾਰਤਕ ਦੇ ਰੂਪ ਨੇ ਅਦਕਲੀ ਵਾਰਤਕ ਸ਼ੁਰੂ ਕਿਵੇਂ ਹੁੰਦੀ ਆ ਪ੍ਰਾਤਨ ਜਨੂ ਸਾਖੀਆਂ ਜਨੂ ਸਾਖੀ ਚ ਕਿਹੜੀਆਂ ਕਿਹੜੀਆਂ ਜਨੂ ਸਾਖੀਆਂ ਲਿਖੀਆਂ ਗਈਆਂ ਪ੍ਰਾਤਨ ਜਨੂ ਸਾਖੀ ਜਿਹਨੂੰ ਭਾਈ ਵੀਰ ਸਿੰਘ ਨੇ ਸੰਪਾਦਿਤ ਕੀਤਾ ਜਿਹੜੀ ਹੁਣ ਮਿਲਦੀ ਐ 52 ਸਾਖੀਆਂ ਨੇ ਆਦ ਸਾਖੀਆਂ ਠੀਕ ਐ ਸ਼ੰਭੂਨਾਥ ਵਾਲੀ ਸਾਖੀਆਂ ਮਿਹਰਬਾਨ ਵਾਲੀ ਸਾਖੀ ਇਹਨਾਂ ਸਾਖੀਆਂ ਚ ਫਰਕ ਕੀ ਐ ਬਾਲੇ ਵਾਲੀ ਜਨੂ ਸਾਖੀ ਤੇ ਪ੍ਰਾਤਨ ਜਨੂ ਸਾਖੀ ਚ ਕੀ ਫਰਕ ਐ ਜਿਵੇਂ ਭਾਈ ਬਾਲੇ ਨੇ ਤਾਂ ਕਹੇਤਾ ਸੀਗਾ ਕਿ ਜੀ ਕਤਕ ਨੂੰ ਜਨਮ ਹੁੰਦਾ ਬਾਬੇ ਨਾਨਕ ਦਾ ਠੀਕ ਹੈ ਪਰ ਉਹ ਸਾਰਾ ਕੁਝ ਨਹੀਂ ਮੰਨਿਆ ਗਿਆ ਪ੍ਰਾਦਨ ਜਨ ਸਕੀਖੀ ਲਿਖਿਆ ਹੈ ਕਿ ਜੀ ਵਿਸਾਖ ਦੇ ਵਿੱਚ ਹੁੰਦਾ ਇਹਦੇ ਕਰਕੇ ਜਿਹੜਾ ਕਹੇ ਲਈ ਕਿ ਕਰਨ ਸਿੰਘ ਹਿਸਟਰੀ ਨੂੰ ਕਿਤਾਬ ਵੀ ਲਿਖਣੀ ਪਈ ਸੀ ਕੱਤ ਤੱਕ ਇਹ ਵਿਸਾਖ ਤੇ ਕਿਸੇ ਪੇਪਰ 'ਚ ਵੀ ਆਈ ਹੋਈ ਆ ਫਿਰ ਗਿਆਨ ਰਤਨਾਵਲੀ ਠੀਕ ਹੈ ਰਹਿਤਨਾਮੇ ਟੀਕੇ ਸਾਰਾ ਕੁਝ ਹੁੰਦਾ ਕਿ ਇਹ ਪੰਜਾਬੀ ਦੇ ਵਿੱਚ ਕਿਹੜੇ ਕਿਹੜੇ ਰਹਿਤਨਾਮੇ ਟੀਕੇ ਗਏ ਉਹਦੇ ਪੂਰੀ ਸਟਡੀ ਫਿਰ ਆਧੁਨਿਕ ਪੰਜਾਬੀ ਵਾਰਤ ਕਿਵੇਂ ਸ਼ੁਰੂ ਹੁੰਦੀ ਹੈ ਤੇਜਾ ਸਿੰਘ ਦਾ ਸ਼ਰਧਨਾ ਫਲੋਰੀ ਦਾ ਠੀਕ ਹੈ ਇਹਨਾਂ ਸਾਰਿਆਂ ਦਾ ਕੀ ਰੋਲ ਹੈਗਾ ਭਾਈ ਵੀਰ ਸਿੰਘ ਦਾ ਕੀ ਰੋਲ ਹੈ ਉਹ ਤੋਂ ਬਾਅਦ ਜਿਹੜੇ ਹੋਰ ਟੌਪਿਕ ਆਉਂਦੇ ਆ ਕਿ ਪਰਵਾਸ ਦੇ ਵਿੱਚ ਵਿਦੇਸ਼ਾਂ 'ਚ ਕਿਹੜੀ ਵਾਰਤ ਕਿ ਲਿਖੀ ਜਾ ਰਹੀ ਆ ਪਾਕਿਸਤਾਨ 'ਚ ਕਿਹੜੀ ਵਾਰਤ ਕਿ ਲਿਖੀ ਜਾ ਰਹੀ ਆ ਉਹਦੇ ਸਬਜੈਕਟ ਕੀ ਆ ਕਿਹੜੇ ਕਿਹੜੇ ਬੰਦੇ ਵਾਰਤਕਾਰ ਪ੍ਰਵਾਸੀ ਨੇ ਪਾਕਿਸਤਾਨੀ ਨੇ ਤੇ ਮੌਜੂਦਾ ਵਾਰਤਕ ਕਿਹੜੇ ਵਿਸ਼ਿਆਂ ਦੇ ਆਸੇ-ਪਾਸੇ ਘੁੰਮਦੀ ਆ ਡਾਕਟਰ ਹਪਾਰ ਪੰਨੂ ਔਰ ਨਰਿੰਦਰ ਕਪੂਰ ਸਮਕਾਲੀ ਵਾਰਤਕ ਦੇ ਸਭ ਤੋਂ ਵੱਡੇ ਵਾਰਤਕਾਰ ਮੰਨੇ ਜਾਂਦੇ ਆ ਜਿਹੜੇ ਸਭ ਤੋਂ ਵੱਧ ਪੜੇ ਜਾ ਰਹੇ ਆ ਫਿਰ ਉਹ ਤੋਂ ਬਾਅਦ ਸਾਡੇ ਵਾਰਤਕਾਰਾਂ ਦਾ ਜ਼ਿਕਰ ਆ ਜੀ ਭਾਈ ਵੀਰ ਸਿੰਘ ਪੂਰਨ ਸਿੰਘ ਸਹਿਬ ਸਿੰਘ ਤੇਜਾ ਸਿੰਘ ਇਹਨਾਂ 'ਚ ਕੁਝ ਬੰਦਿਆਂ ਨੂੰ ਤਾਂ ਅਸੀਂ ਕਪਤਾ ਕਵੀ ਦੇ ਤੌਰ ਤੇ ਪੜਦੇ ਆ ਕਈਆਂ ਨੂੰ ਵਾਰਤਕਾਰ ਦੇ ਤੌਰ ਤੇ ਇਥੇ ਅਸੀਂ ਪਾਈ ਵੀਰ ਸਿੰਘ ਤੇ ਪੂਰਨ ਸਿੰਘ ਨੂੰ ਵਾਰਤਕਕਾਰ ਦੇ ਤੌਰ ਤੇ ਵੀ ਪੜਨਾ ਕਵੀ ਦੇ ਤੌਰ ਤੇ ਤਾਂ ਪੜਨੀ ਪੜਨਾ ਪੂਰਨ ਸਿੰਘ ਦੀ ਖੁੱਲੇ ਲੇਖ ਪੜ੍ਹਨੀ ਹੈ ਚੰਗੀ ਤਰ੍ਹਾਂ ਪਾਈ ਵੀਰ ਸਿੰਘ ਦੀਆਂ ਜਿਹੜੀਆਂ ਛੱਸ਼ਟ ਗੁਰੂ ਚਮਤਕਾਰ ਨੇ ਕਲਗੀਧਾ ਚਮਤਕਾਰ ਇਹਦਾਂ ਦੀਆਂ ਕਿਤਾਬਾਂ ਉਹ ਪੜ੍ਹਨੀਆਂ ਨੇ ਡਿਟੇਲਸ ਉਹ ਤੋਂ ਬਾਅਦ ਪ੍ਰਾਣੀ ਵਾਰਤ ਮੱਧਕਾਲੀ ਵਾਰਤਕ ਤੇ ਅਧਨਿਕ ਵਾਰਤਕ ਵਾਰੀ ਜਿਹੜਾ ਦੇ ਐਨ ਹੋਇਆ ਉਹ ਵੀ ਪੜ੍ਹਨਾ ਸਰ ਉਸ ਤੋਂ ਬਾਅਦ ਆ ਜੀ ਪੰਜ ਨੰਬਰ ਅਧਨਿਕ ਪੰਜਾਬੀ ਕੱਤਾ ਸ਼ੁਰੂ ਕਿਵੇਂ ਹੁੰਦੀ ਹੈ ਜੀ ਠੀਕ ਹੈ ਅਧਨਿਕ ਕਾਲ ਕਿਵੇਂ ਸ਼ੁਰੂ ਹੁੰਦਾ 1850 ਅੰਗਰੇਜ਼ਾਂ ਦੇ ਪੰਜਾਬ ਐਕਸੈਸ਼ਨ ਤੋਂ ਬਾਅਦ ਫਿਰ ਕਵਤਾਜ ਰੁਝਾਨ ਕਿਹੜੇ ਕਿਹੜੇ ਹੁੰਦੇ ਨੇ ਕਿਹੜੇ ਕਿਹੜੇ ਬਾਦ ਪੈਦਾ ਹੁੰਦੇ ਨੇ ਪ੍ਰਯੋਗਸ਼ੀਲ ਜੁਝਾਰਵਾਦ ਠੀਕ ਹੈ ਪ੍ਰਗਤੀਵਾਦ ਕਿੱਥੋਂ ਸ਼ੁਰੂ ਹੁੰਦਾ ਅਮਰਤਾ ਮੋਹਨ ਕਿਹੜੇ ਦੌਰ ਚ ਆਉਂਦੇ ਨੇ ਹੁਣ ਦੀ ਪੰਜਾਬੀ ਕਵਤਾ ਚ ਕਿਹੜੇ ਝਕਾ ਹਨ ਪ੍ਰਵਾਸ ਵਿੱਚ ਵਿਦੇਸ਼ਾਂ ਚ ਤੇ ਪਾਕਿਸਤਾਨ ਚ ਕਹੇ ਜੀ ਕਵਤਾ ਲਿਖੀ ਜਾ ਰਹੀ ਹੈ ਸਾਡੇ ਫਿਰ ਮੁੱਖ ਕਵੀ ਹੋਗੇ ਚਲੋ ਜਿਹੜੇ ਅਸੀਂ ਅਕਸਰ ਸਾਰੇ ਉਹਦੇ ਵਿੱਚ ਕਰਦੇ ਆ ਤੇ ਫਿਰ ਕਵਤਾ ਸੰਬੰਧੀ ਜਿਹੜੀਆਂ ਆਲੋਚਨਾ ਦੀ ਕਿਤਾਬਾਂ ਨੇ ਉਹਨਾਂ ਦਾ ਦੇ ਠੀਕ ਫਿਰ ਆ ਜਾਂਦਾ ਗਲਪ ਜਿਹਦੇ ਚ ਨਾਵਲ ਦੀ ਕਹਾਣੀ ਹੈ ਉਹੀ ਚੀਜ਼ ਹੈ ਨਾਵਲ ਔਰ ਕਹਾਣੀ ਕਿਵੇਂ ਸ਼ੁਰੂ ਹੁੰਦਾ ਉਹਦਾ ਮੋ ਕਿਹੜੀਆਂ ਕਹਾਣੀਆਂ 'ਚ ਕਿਹੜੇ ਨਾਵਲ ਯਥਾਰਥਵਾਦ ਚਾਹੁੰਦੇ ਆ ਕਿਹੜੇ ਪ੍ਰਗਤੀਵਾਦ ਚਾਹੁੰਦੇ ਆ ਠੀਕ ਆ ਕਿਹੜਾ ਕਹਾਣੀਕਾਰ ਆ ਜਿਹਨੂੰ ਨਰੋਲ ਜਿਹੜਾ ਕਿ ਪ੍ਰਗਤੀਵਾਦੀ ਕਹਾਣੀਕਾਰ ਆਖ ਦਿੱਤਾ ਜਾਂਦਾ ਸੁਜਾਨ ਸਿੰਘ ਨੇ ਜੀ ਕਿਹੜਾ ਕਹਾਣੀਕਾਰ ਆ ਜਿਹਨੇ ਸਭ ਤੋਂ ਵੱਧ ਕਹਾਣੀਆਂ ਲਿਖੀਆਂ ਮਨੋਵਿਗਿਆਨਕ ਕਹਾਣੀਆਂ ਲਿਖੀਆਂ ਉਤਾਰ ਸਿੰਘ ਦੁੱਗਲ ਆ ਜੀ ਨਾਰੀ ਦ੍ਰਿਸ਼ਟੀ ਦੀ ਗੱਲ ਕਰਨ ਵਾਲਾ ਕੌਣ ਆ ਅਜੀਤ ਕੌਰ ਅਟਵਾਣਾ ਠੀਕ ਆ ਇਹ ਸਾਰੇ ਜਾਂ ਹੁਣ ਸਮਕਾਲੀ ਕਹਾਣੀਕਾਰ ਆ ਫਿਰ ਇਸੇ ਤਰ੍ਹਾਂ ਪ੍ਰਵਾਸੀ ਕਹਾਣੀਕਾਰ ਕਿਹੜੇ ਆ ਪਾਕਿਸਤਾਨੀ ਕਿਹੜੇ ਨੇ ਠੀਕ ਆ ਤੇ ਫਿਰ ਉਦੋਂ ਬਾਅਦ ਸਾਰਿਆਂ ਦਾ ਜਿਹੜਾ ਕਹਿ ਲਈਏ ਕਿ ਅਲੋਚ ਕਿ ਨਵੀਂ ਨਾਵਲ ਦੇ ਉੱਪਰ ਕਿਹੜੀ ਖੋਜ ਹੋਈ ਹੈ ਆਲੋਚਨਾ ਕਰੀ ਗਈ ਹੈ ਕਹਾਣੀ ਦੇ ਉੱਪਰ ਕਿਹੜੀ ਹੋਈ ਹੈ ਇਸੇ ਤਰ੍ਹਾਂ ਨਾਟਕਾਂ ਕੀ ਨਾਟਕ ਤੇ ਕੰਗੇ ਸ਼ੁਰੂ ਕਿਵੇਂ ਹੁੰਦਾ ਪ੍ਰਮੁੱਖ ਨਾਟਕ ਕਿਹੜੇ ਨੇ ਪ੍ਰਵਾਸ ਵਿੱਚ ਕਿਹੋ ਜਿਹੇ ਨਾਟਕ ਲਿਖਿਆ ਜਾ ਰਹੇ ਆ ਪਾਕਿਸਤਾਨ ਚ ਕਿਹੋ ਜਿਹੇ ਨਾਟਕ ਲਿਖਿਆ ਰਹੇ ਕਿਹੜੇ ਪ੍ਰਵਾਸੀ ਕਿਹੜੇ ਪਾਕਿਸਤਾਨੀ ਨਾਟਕਾਂ ਨੂੰ ਅਵਾਰਡ ਮਿਲ ਚੁੱਕੇ ਹੈਗੇ ਨੇ ਇਹ ਸਾਰਾ ਕੁਝ ਇਸੇ ਤਰ੍ਹਾਂ ਫਿਰ ਆਲੋਚਨਾ ਦਾ ਅਧਿਐਨ ਅਗਲਾ ਹੈਗਾ ਲੋਕ ਤਰਤ ਸੱਭਿਆਚਾਰੇ ਵੀ ਕਾਫੀ ਵੱਡਾ ਹਿੱਸਾ ਹੈਗਾ ਜੀ ਕਿਉਂਕਿ UGC NET ਦਾ ਸਿਲੇਬਸ ਆ ਪੂਰਾ ਵਾਈਡ ਏਰੀਆ ਹੈਗਾ ਪਹਿਲਾਂ ਅਸੀਂ ਕੀ ਲੋਕਧਰਾ ਵੱਡੀ ਹੁੰਦੀ ਹੈ ਜਾਂ ਕਲਚਰ ਵੱਡਾ ਹੁੰਦਾ ਠੀਕ ਹੈ ਕੀ ਲੋਕਧਰਾ ਤੇ ਕਲਚਰ ਦੋਵੇਂ ਬਦਲਦੇ ਰਹਿੰਦੇ ਆ ਜਾਂ ਦੋਨਾਂ ਚੋਂ ਇੱਕ ਇੱਕ ਬਦਲਦਾ ਹੈਗਾ ਕੀ ਦੋਨੇ ਆਪਸ ਵਿੱਚ ਅੰਤਰ ਵਿਰੋਧ ਦੇ ਵਿੱਚ ਵੀ ਹੁੰਦੇ ਆ ਕੀ ਇਹਨਾਂ ਦੇ ਵਿੱਚ ਫਰਕ ਹੁੰਦਾ ਜਾਂ ਨਹੀਂ ਹੁੰਦਾ ਇਸੇ ਤਰ੍ਹਾਂ ਲੋਕ ਸਾਹਿਤ ਦੇ ਵਿਸ਼ਿਸ਼ਟ ਸਾਹਿਤ 'ਚ ਕੀ ਫਰਕ ਹੁੰਦਾ ਇਹ ਫਿਰ ਲੋਕ ਸਾਹਿਤ ਹੁੰਦਾ ਕੀ ਆ ਉਹਦੇ ਵਿੱਚ ਕਿਹੜੇ ਕਿਹੜੇ ਪ੍ਰਗਟਾ ਰੂਪ ਆਉਂਦੇ ਆ ਫਿਰ ਲੋਕ ਗੀਤ ਕਥਾ ਵਿਸ਼ਵਾਸ਼ ਹੁੰਦੇ ਕੀ ਨੇ ਲੋਕ ਸਾਹਿਤ ਦੀਆਂ ਬਣੀਆਂ ਕਿਹੜੀਆਂ ਨੇ ਵਿਸ਼ਵ ਪੱਧਰ ਤੇ ਕਿਹੜੇ ਕਿਹੜੇ ਲੋਕ ਜਨ ਸ਼ਾਸਤਰੀ ਪ੍ਰਚਲਿਤ ਨੇ ਉਹਨਾਂ ਦੀ ਥਿਉਰੀਜ਼ ਕੀ ਨੇ ਜਿਵੇਂ ਵਿਲੀਅਮ ਜਾਨ தாம்ਸ ਹੈ ਜੀ ਦਾ ਅਸੀਂ ਜ਼ਿਕਰ ਕਰਦੇ ਕਿ 1846 ਚ ਪਹਿਲੀ ਵਾਰ ਕਲਚਰ ਸ਼ਬਦ ਵਰਤਿਆ ਵਲੈਦੀਮੀਰ ਪ੍ਰਾਪ ਹੈ ਠੀਕ ਹੈ ਮੋਰਫੋਲੋਜੀ ਆ ਫੋਕ ਟੇਲ ਦੀ ਗੱਲ ਕਰਦੇ ਨੇ ਫੋਕ ਟੇਲ ਤੇ ਕੰਮ ਕੀਤਾ ਐਲਨ ਡੰਡੀਜ਼ ਨੇ ਵੀ ਫੋਕ ਟੇਲ ਤੇ ਕੰਮ ਕੀਤਾ ਫਿਰ ਲੋਕਤਰਾ ਵਿਗਿਆਨੀ ਹੁੰਦੇ ਕਿਉਂ ਨੇ ਇਹਨੂੰ ਬੋਲਦੇ ਆ ਜੀ ਅਸੀਂ ਲੋਕਤਰਾ ਵਿਗਿਆਨੀ ਜਾਂ ਲੋਕਤਰਾ ਸ਼ਾਸਤਰੀ ਫਿਰ ਪੰਜਾਬੀ ਲੋਕਤਰਾ ਦੇ ਵਿੱਚ ਕੀ ਕੁਝ ਆਉਂਦਾ ਲੋਕ ਨਾਚ ਗੀਤ ਵਗੈਰਾ ਸਾਰਾ ਕੁਝ ਪੇ ਪੰਜਾਬੀ ਲੋਕ ਧਾਰਾ ਦੇ ਵਿੱਚ ਕਿਹੜੇ ਕਿਹੜੇ ਲੋਕ ਧਾਰਾ ਦੇ ਸੰਗ੍ਰਹਿ ਕੀਤੇ ਗਏ ਆ ਨਾਰ ਸਿੰਘ ਨੇ ਕੀ ਇਕੱਠਾ ਕੀਤਾ ਬਨਜਾਰਾ ਵਿਧਿ ਨੇ ਕੀ ਕੀਤਾ ਸੁਖਦੀ ਮਾਦਪੁਰੀ ਨੇ ਕੀ ਕੀਤਾ ਕਰਨੈਲ ਸਿੰਘ ਥਿੰਦ ਨੇ ਕਿਹੜੀ ਖੋਜ ਕੀਤੀ ਆ ਕੁਬਿੰਦਰ ਸਿੰਘ ਖਹਿਰਾ ਨੇ ਕਿਹੜੀ ਖੋਜ ਕੀਤੀ ਆ ਡਾਕਟਰ ਗਰਮੀ ਸਿੰਘ ਨੇ ਕਿਹੜੀ ਖੋਜ ਕੀਤੀ ਆ ਡਾਕਟਰ ਕਰਮਜੀਤ ਸਿੰਘ ਨੇ ਕਿਹੜੀ ਖੋਜ ਕੀਤੀ ਆ ਤਾਂ ਸਾਰਾ ਮੁਕੰਮਲ ਇਹ ਫੋਕਲੋਰ ਤੇ ਕਿੰਨਾ ਕੰਮ ਹੋਇਆ ਇਸ ਤੋਂ ਪਹਿਲਾਂ ਜਿਹੜੇ ਆਰਸੀ ਟੈਂਪਲ ਵਰਗੇ ਪੁਰਾਣੇ ਬੰਦਿਆਂ ਨੇ ਕਿੰਨੀ ਕੁ ਕੰਮ ਕੀ ਕੰਮ ਕੀਤਾ ਕਿਹੜੀ ਖੋਜ ਕੀਤੀ ਅੰਗਰੇਜ਼ਾਂ ਨੇ ਫੋਕਲੋਰ ਸੰਬੰਧੀ ਉਹ ਸਾਰਾ ਕੁਝ ਇਹਦੇ ਵਿੱਚ ਪੜਾਂਗੇ ਜਿਵੇਂ ਆਰਸੀ ਟੈਂਪਲ ਸਤਾਰ ਇਹ ਸੋ ਤਾਂ ਸੱਭਿਆਚਾਰ ਕੀ ਹੁੰਦਾ ਇਹਦੇ ਬਾਰੇ ਸੱਭਿਆਚਾਰ ਵਿਦਵਾਨ ਕਿਹੜੇ ਕਿਹੜੇ ਆ ਜੀ ਫ੍ਰੇਮੰਡ ਵਿਲੀਅਮ ਫਰੇਜ਼ਰ ਐਡਵਰਡ ਸੈਇਦ ਇਹਨਾਂ ਦੀ ਥਿਉਰੀਜ਼ ਕਿਹੜੀਆਂ ਨੇ ਇਹਨਾਂ ਦੀਆਂ ਕਿਤਾਬਾਂ ਕਿਹੜੀਆਂ ਨੇ ਇਹ ਸਾਰਾ ਕੁਝ ਪੰਜਾਬੀ ਸੱਭਿਆਚਾਰ ਤੇ ਪ੍ਰਭਾਵ ਕਿਵੇਂ ਪਿਆ ਹੈਗਾ ਜੀ ਸਾਮੀ ਸੱਭਿਆਚਾਰ ਦਾ ਪੰਜਾਬੀ ਸੱਭਿਆਚਾਰ ਦੇ ਵਿੱਚ ਪੰਜਾਬੀ ਸੱਭਿਆਚਾਰ ਸ਼ਾਸਤਰੀ ਕਿਹੜੇ ਨੇ ਟੀਆਰ ਵਿਨੋਦ ਨੇ ਕਲਚਰ ਦੇ ਬਾਰੇ ਕੀ ਕਿਹਾ ਗਰਵਾਕਸ਼ਮ ਫ੍ਰੈਂਕ ਪੰਜਾਬ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਕਮਾਲ ਦੀ ਕਿਤਾਬ ਆ ਵੀ ਬਹੁਤ سارے ਪ੍ਰਸ਼ਨ ਆਉਂਦੇ ਆ ਡਾਕਟਰ ਜਸਵਿੰਦਰ ਜਿਹੜੀ ਦੀ ਕਿਤਾਬ ਹੈ ਪੰਜਾਬੀ ਲੋਕ ਸਾਹਿਤ ਸ਼ਾਸਤਰ ਵੀ ਹੈਗੀ ਤੇ ਦੂਜਾ ਹੈਗਾ ਪੰਜਾਬੀ ਸਭਿਆਚਾਰ ਦੇ ਪਛਾਣ ਚਿੰਨ ਡਾਕਟਰ ਜਸਿੰਦਰ ਪੰਜਾਬੀ ਸਿਪਟਾਲਾ ਦੇ ਰਿਟਾਇਰਡ ਪ੍ਰੋਫੈਸਰ ਨੇ ਮੇਰੇ ਅਧਿਆਪਕ ਰਹੇ ਆ ਤੇ ਬੜਾ ਕੁਝ ਇਹਨਾਂ ਤੋਂ ਸਿੱਖਿਆ ਹੈਗਾ ਉਸ ਤੋਂ ਬਾਅਦ ਭਾਸ਼ਾ ਵਿਗਿਆਨ ਆਮ ਤੌਰ ਤੇ ਅਸੀਂ ਵਿਆਕਰਨ ਔਰ ਭਾਸ਼ਾ ਦੀ ਪੜ੍ਹਦੇ ਆ ਕਿ ਪੰਜਾਬੀ ਭਾਸ਼ਾ ਦਾ ਪਛੋਕੜ ਕੀ ਹੈਗਾ ਠੀਕ ਆ ਜਾਂ ਭਾਸ਼ਾ ਕੀ ਹੁੰਦੀ ਹੈ ਲਿਪੀ ਕੀ ਹੁੰਦੀ ਹੈ ਵਿਆਕਰਨ ਕੀ ਹੁੰਦੀ ਹੈ ਇਹਦੇ ਵਿੱਚ ਅਸੀਂ ਭਾਸ਼ਾਈ ਪਰਿਵਾਰ ਵੀ ਪੜ੍ਹਨੇ ਆ ਠੀਕ ਆ ਸਮਾਜ ਭਾਸ਼ਾ ਵਿਗਿਆਨ ਸਰੰਚਨਾਤੋਂ ਭਾਸ਼ਾ ਵਿਗਿਆਨ ਚਿੰਨਾਤ ਚਿੰਨ ਵਿਗਿਆਨ ਠੀਕ ਆ ਇਹ ਸਾਰਾ ਕੋਸ਼ਿਸ਼ ਤੋਂ ਬਾਅਦ ਜਿਹੜਾ ਕਿ ਇੱਕ ਹਲੀਡੇ ਦਾ ਚ ਅਦਨਿਕ ਭਾਰਤੀ ਆਰੀਆ ਭਾਸ਼ਾਵਾਂ ਕਿਹੜੀਆਂ ਨੇ ਠੀਕ ਆ ਔਰ ਭਾਸ਼ਾ ਦੇ ਪਰਿਵਾਰ ਕਿਹੜੇ-ਕਿਹੜੇ ਨੇ ਭਾਰਤੀ ਆਰੀਆ ਭਾਸ਼ਾ ਪਰਿਵਾਰ ਕਿਹੜਾ ਹੈਗਾ ਸਾਰਾ ਪੂਰਾ ਡਿਟੇਲ ਦੇ ਵਿੱਚ ਸਾਰਾ ਕੁਝ ਅਸੀਂ ਪੜ੍ਹਨਾ ਹੈਗਾ ਇਹਦੇ ਨਾਲ ਹੀ ਜਿਹੜਾ ਹੈਗਾ ਪੰਜਾਬੀ ਦੇ ਕਿਹੜੇ-ਕਿਹੜੇ ਭਾਸ਼ਾ ਵਿਗਿਆਨਕ ਨੇ ਕੰਮ ਕੀਤਾ ਖੋਜ ਕੀਤੀ ਦੁਨੀ ਚੰਦ ਨੇ ਪੰਜਾਬੀ ਭਾਸ਼ਾ ਦਾ ਵਿਆਕਰਨ ਲਿਖਿਆ ਜਿਹੜਾ ਪੰਜਾਬੀ ਯੂਨੀਵਰਸਿਟੀ ਵਿੱਚ ਛਪਿਆ ਸੀ 1964 ਦੇ ਵਿੱਚ ਛਪਿਆ ਸਰ ਕੀਰਤ ਸਿੰਘ ਭਾਸ਼ਾ ਵਿਗਿਆਨਕ ਨੇ ਖੋਜ ਕੀਤੀ ਸ਼ਬਦ ਜੋੜ ਕੋਸ਼ ਤਿਆਰ ਕੀਤਾ ਪ੍ਰੇਮ ਪ੍ਰਕਾਸ਼ ਨੇ ਲਿਪੀ ਆ ਸੌਰੀ ਪੰਜਾਬੀ ਭਾਸ਼ਾ ਦੇ ਜਨਮ ਤੇ ਵਿਕਾਸ ਤੇ ਕੰਮ ਕੀਤਾ ਪਰ ਇਨਾਂ ਦੀਆਂ ਖੋਜਾਂ ਬਾਰੇ ਇਨਾਂ ਦੀਆਂ ਕਿਤਾਬਾਂ ਬਾਰੇ ਇਨਾਂ ਦੇ ਕਨਸੈਪਟਾਂ ਦੇ ਬਾਰੇ ਪੂਰਾ ਡਿਟੇਲਡ ਜਿਹੜਾ ਹੈਗਾ ਉਹ ਆਪਾਂ ਜ਼ਿਕਰ ਕਰਾਂਗੇ ਇਸ ਤਰ੍ਹਾਂ ਪੰਜਾਬੀ ਤੇ ਹੋਰ ਹਿੰਦੀ ਦਾ ਪ੍ਰਭਾਵ ਕੀ ਹੈ ਸੰਸਕ੍ਰਿਤ ਦਾ ਪ੍ਰਭਾਵ ਕੀ ਹੈ ਕਿਹੜੇ ਸ਼ਬਦ ਹਿੰਦੀ ਤੋਂ ਆਇਆ ਫਾਰਸੀ ਤੋਂ ਆਇਆ ਅਰਬੀ ਤੋਂ ਆਇਆ ਸੰਸਕ੍ਰਿਤ ਤੋਂ ਆਇਆ ਸਾਰਾ ਡਿਟੇਲ ਦੇ ਵਿੱਚ ਇੱਥੇ ਪੜਿਆ ਪੜਾਇਆ ਜਾਂਦਾ ਲਾਸਟ ਜਿਹੜਾ ਹੈਗਾ ਜੀ 10 ਨੰਬਰ ਯੂਨਿਟ ਇਹ ਯੂਨਿਟ ਵੈਸੇ ਪੀਜੀਟੀ ਔਰ ਟੀਜੀਟੀ ਕਿਸੇ ਵੀ ਪੱਧਰ ਤੇ ਸਕੂਲ ਪੱਧਰ ਤੇ ਕਿਸੇ ਵੀ ਟੀਚਿੰਗ ਵੈਕੈਂਸੀ ਦਾ 파ਟ ਨਹੀਂ ਹੁੰਦਾ ਇਹ ਸਿਰਫ ਜੁਜੀਸੀ ਨੈਟ ਦਾ 파ਟ ਹੈ ਕਿਉਂਕਿ ਇਹਦਾ ਸੰਬੰ ਅਧਿਆਪਨ ਦੇ ਨਾਲ ਜਾਂ ਯੂਨੀਵਰਸਿਟੀ ਦੇ ਅਧਿਆਪਨ ਦੇ ਨਾਲ ਚਲਾ ਜਾਂਦਾ ਹੈਗਾ ਕਿਉਂਕਿ ਇਹਦੇ ਵਿੱਚ ਖੋਜ ਆਉਂਦੀ ਹੈ ਅਨਵਾਦ ਹੁੰਦਾ ਤੇ ਪ੍ਰਵਾਸ ਹੁੰਦਾ ਤੇ ਵੈਸੇ ਸਾਮਲ ਨਹੀਂ ਸੀ ਕੀਤਾ ਜਾਣਾ ਚਾਹੀਦਾ ਠੀਕ ਆ ਪੀਜੀਟੀ ਨੂੰ ਪੋਸਟ ਨੂੰ ਧਿਆਨ ਚ ਰੱਖਦੇ ਇਹਨੂੰ ਸਿਲੇਬਸ ਨੂੰ ਲਿਮਟਿਡ ਕੀਤਾ ਜਾਣਾ ਚਾਹੀਦਾ ਸੀਗਾ ਪਰ ਕੋਈ ਗੱਲ ਨਹੀਂ ਆ ਸਿਲੇਬਸ ਆ ਗਿਆ ਤਾਂ ਅਸੀਂ ਇਹਦੇ ਹਿਸਾਬ ਨਾਲ ਹੀ ਤਿਆਰੀ ਕਰਨੀ ਆ ਹਾਂ ਮੁਕਾਬਲ ਤਾਂ ਥੋੜੀ ਜਿਹੀ ਮਿਹਨਤ ਜ਼ਿਆਦਾ ਹੋਣੀ ਹੈ ਮੇਰੇ ਵੱਲੋਂ ਵੀ ਮਿਹਨਤ ਜ਼ਿਆਦਾ ਹੋਣੀ ਹੈ ਕਲਾਸਾਂ ਵੀ ਸਾਨੂੰ ਥੋੜਾ ਜਿਹਾ ਡੇਢ ਜਾਂ 2 ਘੰਟੇ ਮਿਨੀਮਮ 2 ਘੰਟੇ ਦੀ ਕਲਾਸ ਲਾਉਣੀ ਪੈਣੀ ਹੋ ਸਕਦਾ ਵੱਧ 3 ਘੰਟੇ ਦੀ ਕੰਕੇਸੀ ਟਾਈਮਲੀ ਸਿਲੇਬਸ ਕਵ ਕਰ ਸਕੀ ਕਿਉਂਕਿ ਪਹਿਲਾ ਜਿਹੜਾ ਕਿਹੜੀ ਜਿਹੜੀ ਭਰਤੀ ٹیਜੀਟੀ ਹਰਿਆਣਾ ਦੀ ਸਰਕਾਰ ਨੇ ਇਹ ਪੇਪਰ ਜਿਹੜਾ ਲਿਆ ਸੀ ਉਹਦੇ ਸਾਰਿਆਂ ਨੂੰ ਇਹੀ ਡਰ ਸੀਗਾ ਕਿ ਪਤਾ ਨਹੀਂ ਇਹ ਸਰਕਾਰ ਜਿਹੜਾ ਹੈਗਾ ਉਹ ਟਾਈਮ ਦੇਵੇ ਨਾ ਦੇਵੇ ਇਸ ਕਰਕੇ ਸਿਲੇਬਸ ਟਾਈਮਲੀ ਹੋ ਜੇ ਦਾ ਕੋਸ਼ਿਸ਼ ਕਰਾਂਗੇ ਕਿ ਟਾਈਮਲੀ ਚੀਜ਼ਾਂ ਕਵਰ ਹੋ ਜਾਣ ਤੇ ਜਿਹੜਾ ਇਹ ਟੌਪਿਕ ਹੈਗਾ ਜੀ ਇਹਦੇ ਵਿੱਚ ਪ੍ਰਵਾਸ ਕੀ ਹੈ ਡੈਸਪੋਰਾ ਕੀ ਹੈ ਠੀਕ ਹੈ ਡੈਸਪੋਰਾ ਸ਼ਬਦ ਕਿਹੜੀ ਭਾਸ਼ਾ ਦਾ ਇਜ਼ਰਤ ਤੇ ਪ੍ਰਵਾਸ ਵਿੱਚ ਕੀ ਫਰਕ ਹੁੰਦਾ ਠੀਕ ਹੈ ਪ੍ਰਵਾਸੀ ਸਾਹਿਤ ਕਿਹੜਾ ਕਲਚਰਾਈਜੇਸ਼ਨ ਕੀ ਕਹਿੰਦੇ ਨੇ ਇੱਕ ਇੱਕ ਥਾਂ ਤੇ ਅਲੱਗ-ਅਲੱਗ ਕਲਚਰ ਜਦੋਂ ਇਕੱਠੇ ਮਿਲਦੇ ਨੇ ਲੋਕ ਰਹਿੰਦੇ ਨੇ ਤਾਂ ਆਪਸ ਵਿੱਚ ਕਿਹੜੀ-ਕਿਹੜੀ ਰੀਤਾਂ ਰਸਮਾਂ ਖਾਣ-ਪੀਣ ਦੀਆਂ ਚੀਜ਼ਾਂ ਜਿਹੜੀਆਂ ਸਾਂਝੀਆਂ ਹੁੰਦੀਆਂ ਨੇ ਕਿਹੜਾ ਕਿਵੇਂ ਕਲਚਰ ਇੱਕ ਦੂਜੇ ਤੋਂ ਪ੍ਰਭਾਵਿਤ ਹੁੰਦੇ ਨੇ ਕਲਚਰ ਖਿੰਡਾਓ ਠੀਕ ਆ ਸੱਭਿਆਚਾਰੀ ਕਰਨ ਸੱਭਿਆਚਾਰਕ ਪੜਛੇਮਾ ਇਸ ਪੂਰੇ ਦੇ ਪੂਰੇ ਕਨਸੈਪਟ ਨੇ ਇਹਦੇ ਵਿੱਚ ਉਦੋਂ ਬਾਅਦ ਅਨਵਾਦ ਕੀ ਹੁੰਦਾ ਜੀ ਜਾਂ ਪੰਜਾਬੀ ਦਾ ਜਿਹੜਾ ਪ੍ਰਵਾਸ ਕਦੋਂ ਸ਼ੁਰੂ ਹੋਇਆ ਕਿਉਂ ਸ਼ੁਰੂ ਹੋਇਆ ਪੰਜਾਬੀ ਦਾ ਪ੍ਰਵਾਸ ਇਸ ਦੇ ਸੰਬੰਧੀ ਖੋਜ ਕਿਹੜੀ ਹੋਈ ਆ ਕਿਤਾਬਾਂ ਕਿਹੜੀਆਂ ਲਿਖੀਆਂ ਗਈਆਂ ਜਾਂ ਨਾਵਲ ਕਹਾਣੀ ਕਿਹੜੇ ਲ ਸਕੋਪ ਹੈ ਆਉਣ ਵਾਲੇ ਸਮੇਂ 'ਚ ਪੰਜਾਬੀ ਦੇ ਵਿੱਚ ਅਸੀਂ ਜਨਵਾਦ ਕਿਉਂ ਪੜਦੇ ਆ ਠੀਕ ਹੈ ਵਿਸ਼ਵ ਸਹਿਤ ਨੂੰ ਅਨਵਾਦ ਕਰਨਾ ਕਿਵੇਂ ਕਰਨਾ ਮਸ਼ੀਨੀ ਅਨਵਾਦ ਵਿੱਚ ਕੀ ਫਰਕ ਹੈ ਕਿਹੜੇ ਕਿਹੜੇ ਟੂਲ ਡਵੈਲਪ ਹੋ ਚੁੱਕੇ ਨੇ ਟਰਾਂਸਲੇਸ਼ਨ ਦੇ ਲਈ ਪੰਜਾਬੀ ਵਿੱਚ ਨੇ ਕਿਹੜਾ ਕੰਮ ਕੀਤਾ ਕਪਤਾ ਦੇ ਅਨਵਾਦ ਕਰਨੇ ਕੀ ਸਮੱਸਿਆ ਨੇ ਕਿਉਂਕਿ ਕਪਤਾ ਦੇ ਵਿੱਚ ਭਾਵਨਾ ਹੁੰਦੀ ਆ ਖਾਸ ਪ੍ਰਸੰਗ ਹੁੰਦਾ ਖਾਸ ਪ੍ਰਸੰਗ ਨੂੰ ਅਨਵਾਦ ਕਰਨਾ ਖਾਸ ਔਖਾ ਕੰਮ ਹੁੰਦਾ ਤਾਂ ਸਾਰਾ ਇਹਦੇ ਵਿੱਚ ਪੜਿਆ ਪੜਾਇਆ ਜਾਂਦਾ ਉਦੋਂ ਬਾਅਦ ਅਸੀਂ ਗੱਲ ਕਰਦੇ ਖੋਜ ਦੀ ਰਿਸਰਚ ਕੀ ਹੁੰਦੀ ਆ ਖੋਜ ਹੁੰਦੀ ਕੀ ਆ ਯੂਨੀਵਰਸਿਟੀ 'ਚ ਖੋਜ ਕਿਵੇਂ ਹੁੰਦੀ ਆ ਖੋਜ ਤੇ ਲੋਚਨਾ 'ਚ ਵੱਖਰਾ ਪਣ ਹੈ ਜਾਂ ਨਹੀਂ ਹੈ ਖੋਜ ਤੇ ਡਿਜੀਟਲ ਆਨਲਾਈਨ ਜਿਹੜਾ ਇੰਟਰਨੈਟ ਤੇ ਜੋ ਵੀ ਕੁਝ ਪਿਆ ਹੈਗਾ ਉਹ ਉਹਦੇ ਕੀ ਸਬੰਧ ਹੈ ਖੋਜ ਤੇ ਸ਼ੋਧ ਪ੍ਰਬੰਧ ਪੀਐਡ ਦੀ ਫੀਸਿਸ ਕੀ ਹੁੰਦੇ ਨੇ ਪੰਜਾਬੀ ਦੀ ਖੋਜ ਕਿੱਥੋਂ ਸ਼ੁਰੂ ਹੁੰਦੀ ਹੈ ਕਿਵੇਂ ਸ਼ੁਰੂ ਹੁੰਦੀ ਹੈ ਪੰਜਾਬੀ ਦੀ ਖੋਜ ਚ ਕੀ ਚੰਗਾ ਕੀ ਮਾੜਾ ਇਹ ਸਾਰਾ ਜਿਹੜਾ ਕੇਲੀ ਇੱਕ ਡਿਟੇਲ ਦੇ ਵਿੱਚ ਪੜਿਆ ਪੜਾਇਆ ਜਾਣ ਵਾਲਾ ਸਿਲੇਬਸ ਹੈ ਤਾਂ ਇਹ ਹੈਗਾ ਜੀ ਸਿਲੇਬਸ ਮੋਟਾ ਜਿਹੜਾ 10 ਜੁਨਟਾਂ ਦੇ ਵਿੱਚ ਵੰਡਿਆ ਹੋਇਆ ਜਿਹੜਾ ਸਿਲੇਬਸ ਹੈ ਵੈਸੇ ਇਹ ਨਹੀਂ ਸੀ ਹੋਣਾ ਚਾਹੀਦਾ ਪੀਜੀਟੀ ਪੱਧਰ ਤੇ ਪਰ ਜਦੋਂ ਇਹ ਸਿਲੇਬਸ ਆ ਗਿਆ ਤਾਂ ਸਾਨੂੰ ਇਸੇ ਮੁਤਾਬਕ ਹੀ ਕਰਨਾ ਪੈਣਾ ਅਸੀਂ ਇਸੇ ਮਤਲਬ ਕਿ ਨਿਠ ਕੇ ਕਰਾਂਗੇ ਹਾਂ ਮੁਕਾਬਲਤਾਨ ਹੋਰ ਜਿਹੜੇ ਸਟੇਟ ਦੇ ਪੀਜੀਟੀ ਦੇ ਨਾਲੋਂ ਪੰਜਾਬ ਦੇ ਲੈਕਚਰਰ ਦੇ ਨਾਲੋਂ ਚੰਡੀਗੜ੍ਹ ਦੇ ਲੈਕਚਰਰ ਦੇ ਨਾਲੋਂ ਜ਼ਿਆਦਾ ਮਿਹਨਤ ਵਾਲਾ ਕੰਮ ਆ ਜ਼ਿਆਦਾ ਟਾਈਮ ਕੰਜ਼ਿਊਮਿੰਗ ਆ ਉਹਦਾ ਕਾਰਨ ਇਹ ਵੀ ਆ ਕਿ ਅਸੀਂ ਸਿਲੇਬਸ ਵੀ ਵਾਈਡ ਆ ਦੂਸਰੀ ਕੱਲ ਏਸੇ ਸਬਜੈਕਟ ਸਿਲੇਬਸ ਨੂੰ ਅਸੀਂ ਦੋ ਐਂਗਲ ਤੋਂ ਪੜਨਾ ਪਹਿਲਾਂ ਅਸੀਂ ਆਬਜੈਕਟਿਵ ਐਂਗਲ ਤੋਂ ਪੜਨਾ ਕੱਲੀ ਕੱਲੀ ਚੀਜ਼ ਰੀਕੀ ਦੇ ਨਾਲ ਪੜ੍ਹਨੀ ਹੈ ਐਮਸੀਕਿਊ ਦੇ ਐਂਗਲ ਤੋਂ ਉਦੋਂ ਸਾਰਾ ਸਿਲੇਬਸ ਅਸੀਂ ਸਬਜੈਕਟਿਵ ਦੇ ਐਂਗਲ ਤੋਂ ਵੀ ਵੇਖਣਾ ਹੈਗਾ ਕਿ ਕਿਹੜੇ ਕਿਹੜੇ ਟੌਪਿਕ ਚੋਂ ਕਿਵੇਂ ਦੇ ਪ੍ਰਸ਼ਨ ਬਣਦੇ ਆ ਤੁਸੀਂ ਕਿਵੇਂ ਲਿਖਣੇ ਆ ਲੰਬੇ-ਲੰਬੇ ਪ੍ਰਸ਼ਨ 250 300 ਸ਼ਬਦਾਂ ਦੇ ਵਿੱਚ ਤੁਸੀਂ ਕਿਵੇਂ ਬਿਆਨ ਕਰ ਸਕਦੇ ਹੋ ਤਾਂ ਸਾਰੀਆਂ ਚੀਜ਼ਾਂ ਅਸੀਂ ਬੈਚ ਦੇ ਵਿੱਚ ਕਰਾਂਗੇ ਬੈਚ ਦੇ ਵਿੱਚ ਤੁਹਾਡੇ ਇਕੱਲੇ-ਇਕੱਲੇ ਨਾਲ ਕਮਿਊਨੀਕੇਸ਼ਨ ਕੀਤਾ ਜਾਊਗਾ ਤੁਹਾਡੇ ਡਾਊਟ ਲੈ ਜਾਣਗੇ ਪੀਡੀਐਫ ਨੋਟਸ ਮਿਲਣਗੇ ਠੀਕ ਆ ਲਾਈਵ ਔਰ ਰਿਕਾਰਡਡ ਕਲਾਸਾਂ ਮਿਲਣਗੀਆਂ ਹੋਰ ਤਾਂ ਹੋਰ ਸਬਜੈਕਟਿਵ ਟੈਸਟ ਵੀ ਤੁਹਾਡੇ ਲਿਆ ਕਰਾਂਗੇ ਵੀਕਲੀ ਜਦੋਂ ਤੁਸੀਂ ਪਹਿਲਾਂ ਪੜਾ ਪਾਰ ਕਰਗੇ ਸਬਜੈਕਟਿਵ ਟੈਸਟ ਦਿਓਗੇ ਤਾਂ ਹਫਤੇ ਦੇ ਵਿੱਚ ਤੁਹਾਡੇ ਤੁਹਾਨੂੰ ਕੁਐਸਚਨ ਪਾ ਕੇ ਜਿਹੜੇ ਤੁਸੀਂ ਲੰਬੇ ਲੰਬੇ ਆਨਸਰ ਲਿਖਿਆ ਕਰੋਗੇ ਉਹਨਾਂ ਨੂੰ ਵੈਲਿਊਏਟ ਕੀਤਾ ਜਾਊਗਾ ਤੇ ਜਦੋਂ ਤੁਸੀਂ ਸਬਜੈਕਟਿਵ ਟੈਸਟ ਪਾਸ ਕਰ ਗਏ ਤੇ ਜਦੋਂ ਇੰਟਰਵਿਊ ਲਈ ਬੁਲਾਇਆ ਜਾਊਗਾ ਤਾਂ ਫਿਰ ਤੁਹਾਡੀ ਇੰਟਰਵਿਊ ਦੀ ਤਿਆਰੀ ਦੇ ਲਈ ਵੀ ਅਸੀਂ ਕੋਸ਼ਿਸ਼ ਕਰਾਂਗੇ ਇੱਕ ਪੈਨਲ ਬਣਾ ਕੇ ਤੁਹਾਡੀ ਮੌਕ ਇੰਟਰਵਿਊ ਲਈ ਜਾਵੇ ਤਾਂ ਕਿ ਇੰਟਰਵਿਊ ਦੇ ਵਿੱਚ ਕਿਹੜੇ-ਕਿਹੜੇ ਟੀਚਿੰਗ ਸਕਿੱਲਸ ਦਿਖਾਉਣੀਆਂ ਹੁੰਦੀਆਂ ਇੰਟਰਵਿਊ ਫੇਸ ਕਿਵੇਂ ਕਰਨੀਆਂ ਕਿੱਦਾਂ ਦੇ ਪੰਜਾਬੀ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਉਹ ਸਾਰਾ এনਵਾਇਰਨਮੈਂਟ ਕੀ ਹੁੰਦਾ ਤਾਂ ਅਸੀਂ ਉਹਦੇ ਲਈ ਤੁਸੀਂ ਥੋ ਠੀਕ ਹੈ ਤੁਹਾਡੇ ਕਲਾਸ ਸ਼ੁਰੂ ਤੋਂ ਲੈ ਕੇ ਟੈਸਟ ਸਕਰੀਨਿੰਗ ਟੈਸਟ ਤੋਂ ਲੈ ਕੇ ਇੰਟਰਵਿਊ ਤੱਕ ਜੁਆਇਨਿੰਗ ਤੱਕ ਜੋ ਵੀ ਪ੍ਰਕਿਰਿਆ ਹੋਊਗੀ ਅਸੀਂ ਉਹਦੇ ਲਈ ਤੁਹਾਡੇ ਨਾਲ ਰਹਾਂਗੇ ਤੇ ਸਾਰਾ ਕੋ ਸਾਰੀ ਚੀਜ਼ਾਂ ਅਸੀਂ ਬੈਚ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਜਿਹੜਾ ਬੈਚ ਹੈਗਾ ਇਹ ਬੜੀ ਜਲਦੀ ਹੀ ਕਹਿੰਦਾ ਭਾਵ ਕਿ 5-4 ਦਿਨਾਂ ਦੇ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਠੀਕ ਹੈ ਤਾਂ ਤੁਸੀਂ ਜਿਹੜੇ-ਜਿਹੜੇ ਵਿਦਿਆਰਥੀਆਂ ਨੇ ਜਿਹੜਾ ਕਿ ਇਹ ਬੈਚ ਜੁਆਇਨ ਕਰਨਾ ਹੈਗਾ ਤਾਂ ਉਹ ਜਲਦੀ ਤੋਂ ਜਲਦੀ ਬੈਚ ਜਿਹੜਾ ਜੁਆਇਨ ਕਰਨ 1-2 ਦਿਨਾਂ ਦੇ ਵਿੱਚ ਐਪ ਦੇ ਉੱਪਰ ਲਾਈਵ ਆ ਜਾਊਗਾ achiever academy ਦੇ ਫੋਨ ਤੇ ਸੰਪਰਕ ਕਰ ਸਕਦੇ ਹੋ ਤੇ ਹੋਰ ਜਿਹੜਾ ਕੇ ਲਈ ਕਿ ਕਿਸੇ ਜਿਹੜਾ ਕੇ ਲਈ ਕਿ ਵਧੇਰੇ ਤੁਹਾਨੂੰ ਇਹਦੇ ਡਿਟੇਲਸ ਤੇ ਜਾਣਕਾਰੀ ਚਾਹੀਦੀ ਚਾ ਤੁਹਾਡਾ ਕੋਈ ਹੋਰ ਪ੍ਰਸ਼ਨ ਹੈਗਾ ਪੰਜਾਬੀ ਪੀਜੀਟੀ ਦੀ ਭਰਤੀ ਨੂੰ ਲੈ ਕੇ ਐਚਪੀਐਸਸੀ ਪੀਜੀਟੀ ਦੀ ਭਰਤੀ ਨੂੰ ਲੈ ਕੇ ਕੋਈ ਪ੍ਰਸ਼ਨ ਹੈ एलिजिਬਿਲਟੀ ਨੂੰ ਲੈ ਕੇ ਪ੍ਰਸ਼ਨ ਹੈ ਜਾਂ ਹੋਰ ਕੋਈ ਵੀ ਡਾਊਟ ਹੈਗਾ ਮਨ ਦੇ ਵਿੱਚ ਤਾਂ ਤੁਸੀਂ ਜਦੋਂ ਮਰਜ਼ੀ ਜਿਹੜਾ ਕੇ ਲਈ ਕਿ ਇਸ ਨੰਬਰ ਤੇ ਮੈਨੂੰ ਸੰਪਰਕ ਕਰ ਸਕਦੇ ਹੋ 947812604 ਤੇ ਸੰਪਰਕ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਔਰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਤਾਂ ਉਮੀਦ ਹੈ ਕਿ ਜਿੰਨੀ ਇੱਕ ਗੱਲ ਇਹਦੇ ਵਿੱਚ ਆਪਾਂ ਕਰੀ ਹੈਗੀ ਆ ਉਹਦੇ ਨਾਲ ਤੁਹਾਡੇ ਜਿੰਨੇ ਕ ਪ੍ਰਸ਼ਨ ਤੁਹਾਡੇ ਮਨਾਂ ਦੇ ਵਿੱਚ ਸੀਗੇ ਉਹ ਸਪਸ਼ਟ ਹੋ ਗਏ ਆ ਸਿਲੇਬਸ ਦੀ ਵਾਸਤੇ ਗੱਲ ਕਰ ਲਈ ਹੈ ਯੋਗਤਾਵਾਂ ਕਿਹੜੀਆਂ ਉਹਨਾਂ ਦੀ ਗੱਲ ਕਰ ਲਈ ਅਸੀਂ ਪੜਾਂਗੇ ਕਿਵੇਂ ਸਟਰੈਟਜੀ ਉਹਦੀ ਅਸੀਂ ਗੱਲ ਕਰ ਲਈ ਆ ਤਾਂ ਇਹ ਵੀਡੀਓ ਨੂੰ ਜਿਹੜਾ ਕਿ ਇਹ ਕਿ ਆਪਾਂ ਵੱਧ ਤੋਂ ਵੱਧ ਉਹਨਾਂ ਵਿਦਿਆਰਥੀਆਂ ਦੇ ਨਾਲ ਸਾਂਝਾ ਕਰਿਓ ਜਿਹੜੇ ਪੰਜਾਬ ਹਰਿਆਣੇ ਦੇ ਵਿੱਚ ਪੰਜਾਬੀ ਲੈਕਚਰ ਲੱਗਣਾ ਚਾਹੁੰਦੇ ਆ ਭਾਵੇਂ ਉਹ ਹਰਿਆਣੇ ਦੇ ਆ ਤੇ ਭਾਵੇਂ ਹਰਿਆਣੇ ਤੋਂ ਬਾਹਰ ਦੇ ਆ ਤਾਂ ਉਮੀਦ ਹੈ ਕਿ ਇਹ ਬੈਚ ਆਪਾਂ ਜਲਦੀ ਸ਼ੁਰੂ ਕਰਕੇ ਇਹਨੂੰ ਜਲਦੀ ਮੁਕੰਮਲ ਕਰ ਲਾਂਗੇ ਤੇ ਬਹੁਤ ਵਧੀਆ ਤੁਹਾਡੀ ਤਿਆਰੀ ਕਰਾਵਾਂਗੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਮਿਹਰਬਾਨ ਮਿਹਰਬਾਨੀ ਧੰਨਵਾਦ